कुछ लोग मेरे नबी नाल मिल के जन्नतां नूं जाणगे, कुछ लोग सहाबा नाल मिल के जन्नतां नूं जाणगे, कुछ लोग ताबईन नाल मिल के जन्नतां नूं जाणगे, कुछ लोग वली अल्लाह लोगां नाल मिल के जन्नतां नूं जाणगे, कुछ लोग सिद्दीकीन नाल मिल के जन्नतां नूं जाणगे, कुछ लोग नबियां नाल मिल के जन्नतां नूं जाणगे, कुछ लोग आलमां ते कारियां नाल मिल के जन्नतां नूं जाणगे, कुछ लोग निमाजियां नाल मिल के जन्नतां नूं जाणगे, कुछ लोग हाजियां नाल मिल के जन्नतां नूं जाणगे, कुछ लोग इतने बद नसीब होणगे ओ इबलीस नाल मिल के जहन्नम दी अग नूं जाणगे। ਤੁਸੀਂ ਸ਼ਾਇਦ ਸਮਝਦੇ ਹੋ ਆਪਣੇ ਮੌਜੂ ਤੋਂ ਹਟਿਆ ਹੋਇਆ ਨਹੀਂ। ਕੁਛ ਲੋਕ ਇਤਨੇ ਬੁਰੇ ਆਉਣਗੇ ਨਸੀਬਾਂ ਦੇ ਸੜੇ ਆਉਣਗੇ ਉਹ ਇਬਲੀਸ ਨਾਲ ਮਿਲ ਕੇ ਜਹਨਮ ਦੀ ਅੱਗ ਨੂੰ ਜਾ ਰਹੇ ਆਉਣਗੇ। ਫਰਮਾਇਆ ਪਹਿਲਾ ਸਭ ਤੋਂ ਪਹਿਲਾਂ ਲਾਨਤੀ ਕੌਣ ਹੈ? ਇਬਲੀਸ। ਸੋਹਣੇ ਨਬੀ ਨੇ ਫਰਮਾਇਆ ਇਸ ਹਦੀਸ ਦੇ ਅੰਦਰ ਵੀ ਤਿੰਨਾਂ ਲਾਨਤੀਆਂ ਬੰਦਿਆਂ ਦਾ ਜ਼ਿਕਰ ਹੈ ਜਿਹਨੂੰ ਮੇਰੇ ਨਬੀ ਨੇ ਲਾਨਤੀ ਆਖਿਆ। ਪਹਿਲਾ ਲਾਨਤੀ ਕੌਣ ਹੈ? ਮਲੂਨ ਉਹ ਲਾਨਤੀ ਹੈ ਮਨ ਅਕਵਾਲੀ ਦਈ ਜਿਹੜਾ ਮਾਂ ਪਿਓ ਦਾ ਗੁੱਸਾ ਉਹ ਲਾਨਤੀ ਹੈ। ਜਿਹੜਾ ਮਾਂ ਪਿਓ ਦਾ ਨਾ ਫਰਮਾਨ ਹੈ ਉਹ ਲਾਨਤੀ ਹੈ। ਜਿਹੜਾ ਵਾਲਦੈਨ ਨਾਲ ਬਦਸਲੂਕੀਆਂ ਕਰਦਾ ਹੈ ਉਹ ਲਾਨਤੀ ਹੈ। ਜਿਹੜਾ ਮਾਂ ਪਿਓ ਨੂੰ ਗੱਲਾਂ ਕਰ ਕਰਕੇ ਅਜ਼ੀਅਤ ਦਿੰਦਾ ਹੈ ਉਹ ਲਾਨਤੀ ਹੈ। ਕੋਈ ਸਿੱਦੀਕ ਨਾਲ ਜਾ ਰਹੇ ਹੋਣਗੇ, ਕੋਈ ਫਰੂਕ ਨਾਲ ਜਾ ਰਹੇ ਹੋਣਗੇ, ਕੋਈ ਉਸਮਾਨ ਨਾਲ ਜਾ ਰਹੇ ਹੋਣਗੇ, ਕੋਈ ਅਲੀ ਨਾਲ ਜਾ ਰਹੇ ਹੋਣਗੇ, ਕੋਈ ਨਬੀ ਨਾਲ ਜਾ ਰਹੇ ਹੋਣਗੇ, ਕੋਈ ਨਬੀਆਂ ਨਾਲ ਜਾ ਰਹੇ ਹੋਣਗੇ, ਕੋਈ ਵਲੀਆਂ ਨਾਲ ਜਾ ਰਹੇ ਹੋਣਗੇ। ਜਨਤਾ ਨੂੰ ਮਾਂ ਪਿਓ ਦਾ ਗੁਸਤਾਖ ਏਡਾ ਗੰਦਾ ਹੈ ਉਹ ਲਾਨਤੀ ਹੈ। ਤੇ ਸਭ ਤੋਂ ਬੜਾ ਲਾਨਤੀ ਇਬਲੀਸ ਹੈ ਜਿਹਨਾਂ ਤੇ ਜਿਤਨੇ ਲਾਨਤੀ ਇਕੱਠੇ ਹੋਣਗੇ ਉਹ ਜਹਨਮ ਨੂੰ ਜਾ ਰਹੇ ਹੋਣਗੇ। ਅਗਰ ਜਹਨਮ ਦੇ ਅੰਦਰ ਜਾਣਾ ਚਾਹੁੰਦੇ ਹੋ ਫਿਰ ਗੁਸਤਾਖੀ ਮਾਂ ਪਿਓ ਦੀ ਕਰ ਲਓ। ਜੇ ਜਨਤੀ ਬਣਨਾ ਚਾਹੁੰਦੇ ਹੋ ਸਾਰੀ ਉਮਰ ਨਾ ਫਰਮਾਨੀ ਗੁਸਤਾਖੀ ਨਹੀਂ ਕਰਨੀ ਹੈ। ਅੱਲਾਹੁ ਅਕਬਰ। ਬੜੇ ਬੜੇ ਵੱਡੇ ਉਸ ਬੰਦੇ ਨੂੰ ਗੁਨਾਹ ਮਿਲਣ, ਕਦੀ ਤਾਂ ਲਾਨਤੀ ਹੈ, ਕਦੀ ਰਹਿਮਤ ਤੋਂ ਦੂਰ ਹੈ, ਕਦੀ ਜਨਤਾ ਦੇ ਦਾਖਲਾ ਨਹੀਂ ਹੈ। ਅੱਲਾਹੁ ਅਕਬਰ। ਇੱਕ ਹਦੀਸ ਹੋਰ ਸੁਣ ਲਓ, ਥੱਕ ਤਾਂ ਨਹੀਂ ਗਿਆ? ਇੱਕ ਹਦੀਸ ਹੋਰ ਸੁਣ ਲਓ। ਇੱਕ ਬੰਦਾ ਨਬੀ ਸੱਲਮ ਦੇ ਕੋਲ ਆਏਗਾ, ਇੱਕ ਬੰਦਾ। ਮੈਂ ਵੈਸੇ ਅੱਲਾਹ ਦਾ ਫਜ਼ਲ ਹੈ ਮੈਂ ਦੱਸਿਆ ਨਹੀਂ, ਮੌਲਵੀ ਤਾਂ ਕਹਿ ਦਿੰਦਾ ਕਿ ਬਿਮਾਰੀ ਆ ਰਹੀ ਹੈ, ਮੁੰਜੇ ਖਦਸ਼ਾ ਹੈ, ਮੈਂ ਇਸ ਲਈ ਨਹੀਂ ਆਊਂਗਾ। ਮੈਨੂੰ ਨਾ ਜੀ ਇਹ ਜਗ੍ਹਾ 'ਤੇ ਜਿਹੜਾ ਸੀਨਾ ਨਾ ਜੀ, ਇੱਥੇ ਮੈਨੂੰ ਤਕਰੀਬਨ 2 ਦਿਨਾਂ ਤੋਂ ਦਰਦ, ਹੁਣ ਵੀ ਮੈਂ ਜਦੋਂ ਸਾਹ ਲੈ ਕੇ ਵਿੱਚ ਰੁਕ ਜਾਂਦਾ ਨਾ ਥੋੜ੍ਹਾ ਜਿਹਾ, ਉਹ ਮੈਨੂੰ ਤਕਲੀਫ ਹੁੰਦੀ, ਲੇਕਿਨ ਦੁਆ ਫਰਮਾਉਣਾ ਕਿ ਅੱਲਾਹ ਮੈਨੂੰ ਸ਼ਿਫਾ ਦੇਵੇ, ਤੁਹਾਨੂੰ ਸਭ ਨੂੰ ਸ਼ਿਫਾ ਦੇ। ਲੇਕਿਨ ਮੈਂ ਇੰਝ ਨਹੀਂ ਸੀ ਕਰ ਸਾਹਿਬ ਨੂੰ ਆਖਿਆ ਕਿ ਮੈਂ ਬਿਮਾਰ ਹੂੰ, ਮੈਂ ਜੀ ਹੂੰ, ਮੈਂ ਵੋ ਹੂੰ, ਮੈਂ ਆ ਗਿਆ ਹੂੰ, ਮੈਂ ਅਲਹਮਦੁਲਿਲਾ ਆ ਗਿਆ ਹੂੰ, ਤੁਹਾਨੂੰ ਮਜ਼ਾ ਆਵੇ ਨਾ ਆਵੇ ਮੈਨੂੰ ਤਾਂ ਮਜ਼ਾ ਆ ਗਿਆ ਨਾ ਵਾਅਦਾ ਵਫਾ ਕਰਨ ਦਾ। ਉਹ ਇਹਨਾਂ ਹਸਤੀਆਂ ਦੀ ਇੱਜ਼ਤ ਕਰ ਲਓ, ਇਹਨਾਂ ਦੀ ਸ਼ਾਨ ਬਹੁਤ ਹੈ। ਜਿਸ ਗੁਨਾਹ ਦਾ ਬਹੁਤ ਜ਼ਿਆਦਾ ਖਤਰਾ ਹੋਵੇ ਨਾ ਕਿ ਗੁਨਾਹ ਬੜਾ ਵੱਡਾ ਹੈ, ਅਗਰ ਤੁਸੀਂ ਉਹ ਛੋੜੋਗੇ ਤਾਂ ਨੇਕੀ ਵੀ ਬਹੁਤ ਵੱਡੀ। ਹੁਣ ਮਾਪਿਆਂ ਦਾ ਜਿਹੜਾ ਫਰਮਾ ਬਰਦਾਰ ਹੈ ਉਹਨੂੰ ਕੀ ਮਕਾਮ ਹੈ ਕਿ ਸਿਹਾਬਾ ਨੂੰ ਮੇਰੇ ਨਬੀ ਨੇ ਵਾਅਦ ਕੀਤਾ ਸੀ ਮਦੀਨੇ ਦੇ ਵਿੱਚ ਖੜ੍ਹੇ ਹੋ ਕੇ ਮਿੰਬਰੇ ਰਸੂਲ 'ਤੇ ਚੜ੍ਹ ਕੇ, ਓ ਸਿਹਾਬੀਓ ਇੱਕ
ਸਿਹਾਬੀ ਵੀ ਨਹੀਂ ਆਮ ਮੁਸਲਮਾਨ ਹੈ, ਉਹਦਾ ਨਾਂ ਹੈ ਉਵੈਸ ਕਰਨੀ, ਉਹਦੇ ਕੋਲ ਦੁਆ ਕਰਵਾਇਆ ਕਰੋ। ਉਹ ਸਿਹਾਬੀ ਨਹੀਂ ਸੀ ਤਾਂ ਸਿਹਾਬਾ ਨੂੰ ਮੇਰੇ ਨਬੀ ਨੇ ਦਰਸ ਦਿੱਤਾ ਕਿ ਉਹ ਮਾਂ ਬਾਪ ਦਾ ਫਰਮਾ ਬਰਦਾਰ ਹੈ ਔਰ ਉਹਦੀ ਦੁਆ ਕਦੀ ਰੱਦ ਹੋਈ ਨਹੀਂ। ਐਡਾ ਵੱਡਾ ਵਲੀ ਹੁੰਦਾ ਉਹ ਬੰਦਾ ਜਿਹੜਾ ਮਾਪਿਆਂ ਦਾ ਫਰਮਾ ਬਰਦਾਰ ਹੋਵੇ। ਮੌਲਾਨਾ ਮੁਹੰਮਦ ਹੁਸੈਨ ਸਾਹਿਬ ਸ਼ੇਖੂਪੁਰੀ ਜਾਣਦੇ ਹੋ ਨਾ, ਕਿੱਡਾ ਵੱਡਾ ਵਲੀ ਅੱਲਾ ਹੈ। ਇਹ ਆਪਣੇ ਬਾਪ ਨੂੰ ਕੰਧਿਆਂ 'ਤੇ ਚਾਹ ਕੇ ਮਸਜਿਦ 'ਚ ਲੈ ਕੇ ਆਉਂਦੇ ਹੁੰਦੇ ਆਣ, ਜੁਮੇ ਵਾਲੇ ਦਿਹਾੜੇ ਪਹਿਲੀ ਸਾਹਿਬ 'ਤੇ ਬਿਠਾ ਦੇਣਾ ਮਿੰਬਰ ਦੇ ਕਰੀਬ, ਜਦੋਂ ਜੁਮਾ ਪੜ੍ਹਾ ਲੈਂਦੇ ਆਣ ਫਿਰ ਆਪਣੇ ਕੰਧਿਆਂ 'ਤੇ ਬਾਪ ਨੂੰ ਚੜ੍ਹਾ ਲੈਂਦੇ ਆਣ, ਘਰ ਲੈ ਕੇ ਚਲੇ ਜਾਂਦੇ ਆਣ। ਉਹ ਬਾਬਾ ਦੁਆ ਦਿੰਦਾ ਹੈ, ਉਹ ਮੇਰਾ ਪੁੱਤਰ ਮੁਹੰਮਦ ਹੁਸੈਨ ਸਾਰੀ ਉਮਰ ਲੋਕ ਵੀ ਤੈਨੂੰ ਚਾਈ ਰੱਖਣਗੇ, ਉਮਰ ਦੇ ਦਮ ਤੱਕ ਲੋਕਾਂ ਦੇ ਅੰਦਰ ਮਹਿਬੂਬ ਰਿਹਾ ਹੈ, ਸ਼ਾਨ ਹੁੰਦਾ ਬਹੁਤ ਹੈ। ਐਡਾ ਬਾਬਾ ਮੁਹੰਮਦ ਹੁਸੈਨ ਸਾਹਿਬ ਵਲੀ ਅੱਲਾ ਸੀ। ਇੱਕ ਦਿਨ ਤਕਰੀਰ ਕਰਨ ਲੱਗੇ ਅਤੇ ਬੱਦਲ ਬੜਾ ਚੜ੍ਹ ਗਿਆ, ਲੋਕ ਦੌੜਨ ਲੱਗੇ। ਫਰਮਾਇਆ ਲੋਕੋ ਨਾ ਦੌੜੋ, ਅੱਲਾ ਨੂੰ ਕਹਿਣ ਲੱਗੇ ਅੱਲਾ ਕੋਈ 2 ਘੰਟਿਆਂ ਵਾਸਤੇ ਬੰਦਲ ਨੂੰ ਰੋਕ ਲੈ, ਮੈਂ ਇਹਨਾਂ ਨੂੰ ਕੁਰਾਨ ਦੀ ਬਾਰਿਸ਼ ਕਰਨੀ ਹੈ ਅਤੇ ਬਾਰਿਸ਼ ਪਾਣੀ ਦੀ ਬਾਅਦ ਕਰ ਲਵੀਂ। ਜਿਹਦੇ ਜਿਹਦੇ ਉਂਗਲ ਗਈ ਉਹਦੇ ਉਹਦੇ ਬੱਦਲ ਗਏ। ਇਹ ਵਲੀ ਕਿਉਂ ਬਣਿਆਣ? ਇਹ ਬਾਪ ਦੇ ਬਹੁਤ ਜ਼ਿਆਦਾ ਫਰਮਾ ਬਰਦਾਰ ਆਣ। ਉਹ ਮੇਰੇ ਪਿਆਰੇ ਦੋਸਤੋ, ਜਿਹੜੇ 3 ਬੰਦੇ ਗਾਰ 'ਚ ਗਏ ਆਣ, ਇੱਕ ਬੰਦੇ ਨੇ ਆਖਿਆ ਮੈਂ ਮਾਂ ਬਾਪ ਨੂੰ ਪਹਿਲੇ ਦੁੱਧ ਪਿਲਾਉਂਦਾ ਸੀ, ਸਲੇਟ ਹੋ ਗਿਆ, ਸਾਰੀ ਰਾਤ ਮੈਂ ਖੜਾ ਰਿਹਾ, ਉਸ ਬੰਦੇ ਦੀ ਵਜ੍ਹਾ ਨਾਲ ਪੱਤਰ ਸਾਰਾ ਹਟਿਆ ਸੀ ਕਿ ਨਹੀਂ। ਇਸ ਵਾਸਤੇ ਮੇਰੇ ਪਿਆਰੇ ਦੋਸਤੋ, ਮਾਂ ਬਾਪ ਦੇ ਗੁਸਤਾਖੀ ਨਾ ਕਰਨਾ। ਸੁਬਾਹ ਦਾ ਸੂਰਜ ਤਲੂ ਬਾਅਦ ਚੋਵੇ, ਮਾਂ ਬਾਪ ਦੇ ਕਦਮੇ ਲੱਗ ਕੇ ਮਾਫੀ ਪਹਿਲੇ ਮੰਗ ਲਵਿਆ ਹੈ। ਮਾਂ ਬਾਪ ਰਾਜ਼ੀ ਹੋਵੇ, ਅਰਸ਼ ਵਾਲਾ ਰੱਬ ਰਾਜ਼ੀ ਹੋ ਜਾਂਦਾ ਹੈ। ਮਾਂ ਬਾਪ ਨਿਰਾਜ਼ ਹੋਵੇ ਤੇ ਰੱਬ ਨਿਰਾਜ਼ ਹੋ ਜਾਂਦਾ ਹੈ। ਇੱਕ ਬੰਦਾ ਆਇਆ ਮੇਰੇ ਨਬੀ ਦੇ ਕੋਲ ਤੇ ਆਂਦਾ ਅਸ਼ਹਦ ਅੱਲਾ ਇਲਾਹਾ ਇਲਲਾ ਵਾ ਅਸ਼ਹਦ ਅੰਨਾ ਮੁਹੰਮਦ ਰਸੂਲੁੱਲਾ। ਮੈਂ ਗਵਾਹੀ ਦੇਣਾ ਕਿ ਮੇਰਾ ਰੱਬ ਅੱਲਾ ਹੈ। ਮੈਂ ਗਵਾਹੀ ਦੇਣਾ ਕਿ ਮੇਰਾ ਰਹਿਬਰ ਰਹਿਨਮਾ ਮੁਹੰਮਦ ਰਸੂਲੁੱਲਾ ਹੈ। ਮੈਂ 5 ਟਾਈਮ ਨਮਾਜ਼ ਪੜ੍ਹਨਾ ਪਾਬੰਦੀ ਦੇ ਨਾਲ, ਮੈਂ ਸਾਲ ਬਾਅਦ ਜ਼ਕਾਤ ਦੇਣਾ ਪਾਬੰਦੀ ਦੇ ਨਾਲ, ਮੈਂ ਰਮਜ਼ਾਨ ਦੇ ਰੋਜ਼ੇ ਰੱਖਣਾ ਪਾਬੰਦੀ ਦੇ ਨਾਲ। ਐ ਮੇਰੇ ਨਬੀ, ਮੇਰਾ ਕੀ ਨਤੀਜਾ ਹੋਏਗਾ ਕਿਆਮਤ ਵਾਲੇ ਦਿਹਾੜੇ? ਪਿਆਰੇ ਨਬੀ ਨੇ ਫਰਮਾਇਆ ਕਾਨਾ ਮਿਨਨ ਨਬੀ, ਅੱਲਾ ਤੈਨੂੰ ਨਬੀਆਂ ਦਾ ਸਾਥੀ ਬਣਾਏਗਾ। ਤੇ ਨਬੀਆਂ ਦਾ ਸਰਦਾਰ ਕੌਣ ਹੈ? ਆਮਨਾ ਦਾ ਸੋਹਣਾ ਲਾਲ, ਤੂੰ ਨਬੀਆਂ ਦਾ ਵੀ ਸਾਥੀ ਹੋਏਗਾ, ਤੂੰ ਆਮਨਾ ਦੇ ਸੋਹਣੇ ਲਾਲ ਦਾ ਵੀ ਸਾਥੀ ਹੋਏਗਾ। ਜ਼ਰਾ ਉੱਚੀ ਬੋਲ ਸੁਭਾਨ ਅੱਲਾ। ਫਰਮਾਇਆ ਵਸਿੱਦੀਕੀਨ, ਤੂੰ ਸਿੱਦੀਕੀਨ ਦਾ ਵੀ ਸਾਥੀ ਹੋਏਗਾ। ਸਿੱਦੀਕੀਨ ਦਾ ਸਰਬਰਾ ਕੌਣ ਹੈ? ਅਬੂ ਬਕਰ, ਤੂੰ ਅਬੂ ਬਕਰ ਦਾ ਵੀ ਸਾਥੀ ਹੋਏਗਾ। ਫਿਰ ਬੋਲ ਸੁਭਾਨ ਅੱਲਾ। ਵਸ਼ਵਾਦਾ, ਤੂੰ ਸ਼ਹੀਦਾਂ ਦਾ ਸਾਥੀ ਹੋਏਗਾ। ਸ਼ਹੀਦਾਂ ਦਾ ਸਰਦਾਰ ਅਮੀਰ ਹਮਜ਼ਾ ਹੈ, ਤੂੰ ਨਬੀ ਦਾ ਚਾਚਾ ਅਮੀਰ ਹਮਜ਼ਾ ਦਾ ਸਾਥੀ ਹੋਏਗਾ। ਲੇਕਿਨ ਮੇਰੇ ਨਬੀ ਨੇ ਇੱਕ ਸ਼ਰਤ ਲਗਾਈ ਹੈ, ਮਾਲਮ ਯੁਅਕ ਵਾਲਿਦੈ, ਉਹ ਨਿਮਾਜ਼ੀ ਜਿਹੜਾ ਮਾਪਿਆਂ ਦਾ ਫਰਮਾ ਬਰਦਾਰ ਹੈ, ਉਹ ਜ਼ਕਾਤ ਦੇਣ ਵਾਲਾ ਜਿਹੜਾ ਮਾਂ ਪਿਓ ਦਾ ਫਰਮਾ ਬਰਦਾਰ ਹੈ, ਉਹ ਰਮਜ਼ਾਨ ਦੇ ਰੋਜ਼ੇ ਰੱਖਣ ਵਾਲਾ
ਜਿਹੜਾ ਮਾਪਿਆਂ ਦਾ ਫਰਮਾ ਬਰਦਾਰ ਹੈ ਉਹ ਨਬੀਆਂ ਦਾ ਸਾਥੀ ਹੈ, ਸਿੱਦੀਕੀਆਂ ਦਾ ਸਾਥੀ ਹੈ, ਸ਼ੁਹਦਾ ਦਾ ਸਾਥੀ ਹੈ। ਲੇਕਿਨ ਜਿਹੜਾ ਮਾਲਮ ਯੁਅਕਾ ਵਾਲਿਦੈ, ਜਿਸਨੇ ਮਾਂ ਬਾਪ ਦੀ ਗੁਸਤਾਖੀ ਵੀ ਕਰਦਾ ਹੈ ਅਤੇ ਨਿਮਾਜ਼ੀ ਵੀ ਹੈ, ਉਹ ਗੁਸਤਾਖੀਆਂ ਵੀ ਕਰਦਾ ਹੈ, ਉਹ ਤਹੱਜਦ ਗੁਜ਼ਾਰ ਵੀ ਹੈ, ਉਹ ਗੁਸਤਾਖੀਆਂ ਵੀ ਕਰਦਾ ਹੈ, ਉਹ ਰੋਜ਼ੇ ਵੀ ਰੱਖਦਾ ਹੈ, ਉਹ ਨਾਫਰਮਾਨੀਆਂ ਵੀ ਕਰ ਰਿਹਾ ਹੈ, ਉਹ ਜ਼ਕਾਤਾਂ ਵੀ ਦੇ ਰਿਹਾ ਹੈ, ਉਹ ਤੋਹੀਦ ਵੀ ਅਪਣਾ ਰਿਹਾ ਹੈ, ਉਹ ਨਬੀ ਦਾ ਵੀ ਕਲਮਾ ਪੜ੍ਹ ਰਿਹਾ ਹੈ। ਮੇਰੇ ਨਬੀ ਨੇ ਫਰਮਾਇਆ ਇਹਨੂੰ ਨਾ ਸਿੱਦੀਕੀਨ ਦਾ ਸਾਥ ਨਸੀਬ ਹੋਏਗਾ, ਨਬੀਆਂ ਦਾ ਸਾਥੀ ਵੀ ਨਹੀਂ, ਸ਼ੁਹਦਾ ਦਾ ਸਾਥੀ ਵੀ ਨਹੀਂ, ਇਹ ਇਬਲੀਸ ਦਾ ਸਾਥੀ ਹੈ, ਇਹਦਾ ਕੋਈ ਅਮਨ ਅਸਮਾਨਾਂ ਤੇ ਜਾਂਦਾ ਹੀ ਨਹੀਂ। ਕਿਉਂ? ਜਿਹੜਾ ਮਾਂ ਬਾਪ ਦਾ ਗੁਸਤਾਖ ਹੈ ਉਹਦੀ ਹਰ ਨੇਕੀ ਰੱਬ ਨੇ ਬਰਬਾਦ ਕਰ ਛੱਡੀ ਹੈ। ਅੱਲਾਹੂ ਅਕਬਰ। ਹੁਣ ਤੇਰੀ ਮਰਜ਼ੀ, ਨਿਮਾਜ਼ਾਂ ਕਬੂਲ ਕਰਵਾ ਲਈ ਅਸਾਂ। ਕੋਈ ਅਮਲ ਉਸ ਬੰਦੇ ਦਾ ਕਬੂਲ ਨਹੀਂ ਹੈ ਜਿਹੜਾ ਉਸਤਾਖ ਵਾਲਿਦੈਨ, ਕੋਈ ਨੀਵੀਂ ਉੱਚੀ ਹੋ ਵੀ ਗਈ ਹੈ, ਮਾਫ਼ੀ ਮੰਗ ਕੇ ਸੁਲਾਹ ਕਰਕੇ ਜੋ ਨੇਕੀ ਕਰੇਗਾ ਫਿਰ ਸਿੱਧੀ ਕਬੂਲ।